ਸਟਾਰਟ ਹੋ ਕਿਹ ਨਹੀਂ ਬਦਲਦਾ ਕਿੰਨੇ ਬੰਦੇ ਦੇਖ ਰਹੇ ਆ ਸ਼ਾਂਤ ਨੇ ਨੰਦ ਵਾਲਾ ਮੋਲ ਤੁਸੀਂ ਦੇਖ ਸਕਦੇ ਹੋ ਜਿਹੜੇ ਅਧਿਕਾਰੀ ਨੇ ਜਿਹੜੇ ਆਈ ਪੀ ਐਸ ਅਧਿਕਾਰੀ ਨੇ ਏ ਡੀ ਸੀ ਪੀ ਹੈੱਡਕੁਆਟਰ ਨੇ ਦੀਪਕ ਪਾਰਕ ਅਤੇ ਏ ਸੀ ਪੀ ਜਿਹੜੇ ਨੇ ਉਹ ਬਾਹਰ ਨੇ ਜਿਹੜੇ ਬਾਹਰ ਆਏ ਨੇ ਹੁਣ ਇਸ ਤੋਂ ਪਹਿਲਾਂ ਜਿਹੜੇ ਜਗਰਾਉਂ ਤੋਂ ਡੀ ਐਸ ਪੀ ਗੁਰਬੰਸ ਬੈਂਸ ਅੰਦਰ ਗਏ ਨੇ ਸਭ ਤੋਂ ਵੱਡੀ ਗੱਲ ਆ ਜਿਹੜੇ ਏ ਸੀ ਪੀ ਸੰਦੀਪ ਵਡੇਰਾ ਨੇ ਉਹ ਜ਼ਖਮੀ ਹੋਏ ਨੇ ਅੰਦਰ ਜਦੋਂ ਗਏ ਸੀ ਚੱਲ ਪਿਆ ਸੰਤਰੀ ਸਾਹਿਬ ਆਹ ਗੇਟ ਖੋਲੋ ਐਂਬੂਲੈਂਸ ਆ ਰਹੀ 108 ਨੰਬਰ
ਇਧਰ ਨੂੰ ਉਹ ਸਾਈਡ ਤੋਂ ਐਂਬੂਲੈਂਸ ਜਾਣ ਬਿਲਕੁਲ ਅਮਿਤ ਇਸ ਵੇਲੇ ਜਿਹੜੀ ਸਥਿਤੀ ਆ ਹਜੇ ਵੀ ਤਣਾਅਪੂਰਨ ਆ ਔਰ ਹੁਣੇ ਹੁਣੇ ਏਸੀਪੀ ਸੰਦੀਪ ਬਟੇਰਾ ਜਿਹੜੇ ਜ਼ਖਮੀ ਹੋਏ ਨੇ ਪੂਰੀ ਤਰ੍ਹਾਂ ਉਹਨਾਂ ਨੂੰ ਇੱਕ ਗੱਡੀ ਦੇ ਵਿੱਚ ਪਾ ਕੇ ਹਸਪਤਾਲ ਲਿਜਾਂਦਾ ਗਿਆ ਲੁਧਿਆਣਾ ਦੇ CMC ਦੇ ਵਿੱਚ ਔਰ ਕਈ ਜਿਹੜੇ ਪੁਲਿਸ ਮੁਲਾਜ਼ਮ ਹੈ ਉਹ ਵੀ ਅੰਦਰ ਜ਼ਖਮੀ ਹੈ ਕਿਸੇ ਤਰ੍ਹਾਂ ਉਹਨਾਂ ਨੂੰ ਬਾਹਰ ਜਿਹੜੇ ਪੁਲਿਸ ਅਫਸਰ ਹੈ ਉਹ ਕੱਢਣਗੇ ਔਰ ਹਸਪਤਾਲਾਂ ਵਿੱਚ ਪਹੁੰਚਾਉਣਗੇ ਕਿਉਂਕਿ ਗਿਣਤੀ ਜਿਹੜੀ ਚਾਹੇ ਉਹ ਪੁਲਿਸ ਮੁਲਾਜ਼ਮ ਹੋਣ ਚਾਹੇ ਕੈਦੀ ਹੋਣ ਉਹਨਾਂ ਦੀ ਗਿਣਤੀ ਜਿਹੜੀ ਆ ਬਿਲਕੁਲ ਜਿਹੜੇ ਹੈਗੇ ਪੁਲਿਸ ਦੇ ਉੱਚ ਅਧਿਕਾਰੀ ਮੌਕੇ ਤੇ ਪਹੁੰਚ ਰਹੇ ਨੇ ਜਿਹੜੇ ਜਗਰਾਉਂ ਤੋਂ ਖੜਨੇ ਜਿਹੜੇ ਅਧਿਕਾਰੀ ਪਹੁੰਚ ਰਹੇ ਨੇ ਐਂਬੂਲੈਂਸ ਜਿਹੜੀ ਮੰਗਾਈਏ ਕਿ ਮੌਕੇ ਤੇ ਆਈ ਹੈ ਆਇਓ ਪਹਿਲੇ ਹੀ ਆਇਓ ਸਰ 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 ਸਰ
ਬਿਲਕੁਲ ਜਿਹੜਾ ਅਭੀ ਬਾਈ ਬਾਈਟ ਭੇਜੋ ਇੱਧਰ ਵੀ ਅਭੀ ਬਾਈ ਬਾਈਟ ਭੇਜੀ ਹੈਲੋ ਇਹ ਲਾਈਨ ਮਿਲਣਾ।